ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਭੁੱਲਰ। ਕਾਫੀ ਕਿਸਾਨ ਵੀਰਾਂ ਦਾ ਕਹਿਣਾ ਯਾਰ, ਅਸੀਂ ਤਾਂ ਪੀ ਆਰ 131 ਝੋਨੇ ਦੀ ਪਨੀਰੀ ਲਗਾਈ ਸੀ, ਪਰ ਇਹ ਤਾਂ ਗਰੋਥ ਹੀ ਨਹੀਂ ਕਰ ਰਹੀ। ਕਰੀਏ ਤਾਂ ਕਰੀਏ ਕੀ? ਆਪਣੇ ਕਿਸਾਨ ਵੀਰਾਂ ਦਾ ਕਹਿਣਾ, ਪਹਿਲਾਂ ਤਾਂ ਇਹ ਘੱਟ ਜੰਮੀ ਆ, ਕਹਿੰਦੇ ਉੱਗਰੂ ਹੀ ਘੱਟ ਆ, ਅਤੇ ਉੱਪਰ ਜੇਕਰ ਉੱਗਰੀ ਆ ਤਾਂ ਹੁਣ ਵੱਧ ਨਹੀਂ ਰਹੀ, ਅਸੀਂ ਕੀ ਕਰੀਏ? ਅਸੀਂ ਤਾਂ ਝੋਨਾ ਲਾਉਣਾ, ਮੈਨੂੰ ਲੱਗਦਾ ਇਹ ਤਿਆਰ ਹੀ ਨਹੀਂ ਹੋਣੀ। ਜੇਕਰ ਤੁਸੀਂ ਵੀ ਪੀ ਆਰ 131 ਝੋਨੇ ਦੀ ਪਨੀਰੀ ਛੇਤੀ ਤਿਆਰ ਕਰਨੀ ਆ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਪਨੀਰੀ ਦੇ ਵਿੱਚ ਯੂਰੀਆ ਪਾਉਣੀ ਆ, ਕਿਉਂਕਿ ਆਪਣੇ ਕਿਸਾਨ ਵੀਰਾਂ ਦਾ ਪਤਾ ਕੀ ਕਹਿਣਾ, ਇੱਕ ਵਾਰੀ ਯੂਰੀਆ ਪਾਈ ਸੀ, ਬਸ ਦੋ ਵਾਰੀ ਯੂਰੀਆ ਪਾਈ ਸੀ ਦੋਸਤੋ, ਐਂ ਪਨੀਰੀ ਨਹੀਂ ਇਹ ਤਿਆਰ ਹੋਣੀ। ਤੁਸੀਂ ਇਹਦੇ ਵਿੱਚ ਯੂਰੀਆ ਪਾਉਣੀ ਹੈ ਇੱਕ ਕਨਾਲ ਦੇ ਮਗਰ 3-4 ਕਿਲੋ ਯੂਰੀਆ ਬਹੁਤ ਆ, ਅਤੇ ਹਰ ਚੌਥੇ ਦਿਨ ਰਿਪੀਟ ਕਰਦੇ ਰਹੋ, ਤੁਹਾਡੀ ਪਨੀਰੀ ਬਹੁਤ ਛੇਤੀ ਤਿਆਰ ਹੋਵੇਗੀ। ਅਤੇ ਦੂਜਾ, ਤੁਸੀਂ ਠੰਡੇ ਪਾਣੀ ਦੀ ਸਪਰੇ ਕਰ ਸਕਦੇ ਹੋ। ਹਾਂ ਦੋਸਤੋ, ਸ਼ਾਮ ਦੇ ਸਮੇਂ ਤੁਸੀਂ ਆਪਣੀ ਪਨੀਰੀ ਦੇ ਉੱਪਰ ਠੰਡੇ ਪਾਣੀ ਦੀ ਸਪਰੇ ਕਰ ਸਕਦੇ ਹੋ। ਬਾਕੀ ਸਭ ਤੋਂ ਮੇਨ ਗੱਲ, ਸਭ ਤੋਂ ਵੱਧ ਪਨੀਰੀ ਨੂੰ ਵਧਾਉਂਦਾ ਹੁੰਦਾ ਆਪਣਾ ਆਇਰਨ, ਲੋਹਾ, ਇਸ ਲਈ ਚਲੇਟੜ ਲੋਹੇ ਦੀਆਂ ਸਪਰੇਹਾਂ ਲਗਾਤਾਰ ਕਰਦੇ ਰਹੋ। ਹਰ ਚੌਥੇ ਪੰਜਵੇਂ ਦਿਨ ਤੁਸੀਂ ਚਲੇਟੜ ਲੋਹੇ ਦੀ ਸਪਰੇ ਕਰਨੀ ਹੀ ਕਰਨੀ ਆ, ਚਾਹੇ ਤੁਹਾਡੀ ਪਨੀਰੀ ਤੰਦਰੁਸਤ ਆ। ਤੁਹਾਡੀ ਪਨੀਰੀ ਨੂੰ ਸਿਰਫ ਇੱਕ ਤੱਤ, ਲੋਹਾ ਹੀ ਬਚਾ ਸਕਦਾ, ਉਹੀ ਇਸ ਨੂੰ ਵਧਾ ਸਕਦਾ, ਕਿਉਂਕਿ ਜਿਹੜੀ ਆਪਣੀ ਪਨੀਰੀ ਆ ਨਾ, ਚਾਹੇ ਉਹ ਪੀ ਆਰ 131 ਦੀ ਪਨੀਰੀ ਹੈ, ਚਾਹੇ ਕੋਈ ਹਾਈਬ੍ਰਿਡ ਝੋਨਾ, ਕੋਈ ਮਰਜ਼ੀ ਪਨੀਰੀ ਆ ਯਾਰ, ਚਾਹੇ ਕੋਈ ਬਾਸਮਤੀ ਆ, ਉਹ ਜੇਕਰ ਖਤਮ ਹੋਵੇਗੀ, ਪੀਲੀ ਪਵੇਗੀ, ਵਾਧਾ ਰੁਕੇਗਾ, ਤਾਂ ਉਹਦੇ ਵਿੱਚ 80-90% ਹੱਦ ਆਹ ਲੋਹੇ ਤੱਤ ਦਾ ਹੁੰਦਾ। ਇਸ ਲਈ ਦੋਸਤੋ, ਲੋਹੇ ਤੱਤ ਦੀ ਸਪਰੇ ਜ਼ਰੂਰ ਕਰੋ। ਇਕੱਲੇ ਲੋਹੇ ਤੱਤ ਦੀ ਸਪਰੇ ਤੁਸੀਂ ਲਗਾਤਾਰ ਕਰੋ, ਤੁਹਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਪੈਣੀ, ਤੁਹਾਡੀ ਪਨੀਰੀ ਵੈਸੇ ਹੀ ਤਿਆਰ ਹੋ ਜਾਣੀ ਹੈ, ਬਹੁਤ ਛੇਤੀ ਗਰੋਥ ਕਰਨੀ ਆ। ਇਸ ਤੋਂ ਇਲਾਵਾ ਆਪਾਂ ਹੁਣ ਯੂਰੀਆ ਦੀ ਸਪਰੇ ਵੀ ਕਰ ਸਕਦੇ ਹਾਂ। ਹਾਂ ਦੋਸਤੋ, ਜਿਹੜੀ ਬਰੀਕ ਯੂਰੀਆ ਹੁੰਦੀ ਆ, ਆਪਾਂ ਧਿਆਨ ਰੱਖਣਾ ਮੋਟੀ ਯੂਰੀਆ ਹੀ ਲੈਣੀ, ਆਪਾਂ ਕਿਹੜੀ ਲੈਣੀ ਆ, ਬਰੀਕ ਯੂਰੀਆ। 1 ਲੀਟਰ ਪਾਣੀ ਮਗਰ 5 ਗ੍ਰਾਮ ਬਹੁਤ ਆ, ਅਤੇ ਇਸ ਯੂਰੀਆ ਦੀ ਵੀ ਤੁਸੀਂ ਸਪਰੇ ਕਰ ਸਕਦੇ ਹੋ, ਹਰ 5ਵੇਂ 6ਵੇਂ ਦਿਨ ਰਿਪੀਟ ਵੀ ਕਰ ਸਕਦੇ ਹੋ। ਯਾਦ ਰਹੇ ਦੋਸਤੋ, ਯੂਰੀਆ ਦੀ ਡੋਜ਼ ਆਪਾਂ ਵੱਧ ਨਹੀਂ ਲੈਣੀ, 1 ਲੀਟਰ ਮਗਰ 5 ਗ੍ਰਾਮ ਬਹੁਤ ਆ। ਯਾਦ ਰਹੇ, ਜਦੋਂ ਆਪਾਂ ਇਸ ਯੂਰੀਆ ਦੀ ਸਪਰੇ ਕਰਦੀ ਹੋਵਾਂਗੇ ਆਪਣੀ ਪਨੀਰੀ ਦੇ ਉੱਪਰ, ਅਤੇ ਆਪਾਂ ਇਸ ਵਿੱਚ ਹੋਰ ਕੋਈ ਵੀ ਤੱਤ ਮਿਕਸ ਨਹੀਂ ਕਰਨਾ, ਕਿਉਂਕਿ ਕਈ ਵਾਰ ਕਿਸਾਨ ਵੀਰ ਪਤਾ ਕੀ ਕਰਦੇ ਆ, ਯਾਰ ਲੋਹਾ ਵੀ ਵਿੱਚ ਹੀ ਐਡ ਕਰ ਲੈਂਦੇ ਹਾਂ, ਯਾਰ ਚਲੇਟਡ ਜਿੰਕ ਵੀ ਵਿੱਚ ਹੀ ਐਡ ਕਰ ਲੈਂਦੇ ਹਾਂ। ਨਹੀਂ ਦੋਸਤੋ, ਜੇਕਰ ਸਪਰੇ ਕਰਨੀ ਹੈ ਤਾਂ ਸਿਰਫ ਇਕੱਲੀ ਯੂਰੀਆ ਦੀ ਕਰੋ, ਸਿੱਧਾ ਪ੍ਰੈਸ਼ਰ ਪੱਤੀਆਂ ਉੱਪਰ ਨਹੀਂ ਮਾਰਨਾ, ਨਿਊਜ਼ਲ ਥੋੜ੍ਹੀ ਜਿਹੀ ਉੱਪਰ ਚੱਕ ਕੇ ਰੱਖਣੀ ਆ, ਠੀਕ ਹੈ ਨਾ ਦੋਸਤੋ। ਕੋਈ ਮਰਜ਼ੀ ਸਪਰੇ ਕਰੋ, ਚਾਹੇ ਚਲੇਟਡ ਲੋਹੀ ਸਪਰੇ ਕਰੋ, ਚਾਹੇ ਜਿੰਕ ਦੀ, ਚਾਹੇ ਯੂਰੀਆ ਦੀ, ਚਾਹੇ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਕਰਦੇ ਹੋ, ਮੁੱਕਦੀ ਗੱਲ ਕੋਈ ਮਰਜ਼ੀ ਸਪਰੇ ਹੋਵੇ, ਆਪਾਂ ਸਪਰੇ ਕਰਦੇ ਸਮੇਂ ਇੱਕ ਹੀ ਧਿਆਨ ਰੱਖਣਾ ਕਿ ਸਿੱਧਾ ਪ੍ਰੈਸ਼ਰ ਪੱਤਿਆਂ ਦੇ ਉੱਪਰ ਨਹੀਂ ਮਾਰਨਾ, ਥੋੜ੍ਹਾ ਜਿਹਾ ਉੱਪਰ ਰੱਖਣੀ ਹੈ ਨਿਊਜ਼ਲ, ਤਾਂ ਕਿ ਆਪਣੀ ਪਨੀਰੀ ਦੇ ਪੱਤਿਆਂ ਨੂੰ ਕੋਈ ਨੁਕਸਾਨ ਨਾ ਹੋਵੇ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਬਹੁਤ ਹੀ ਜ਼ਿਆਦਾ ਘੱਟ ਖਰਚੇ ਦੇ ਵਿੱਚ, ਨਾ ਮਾਤਰ ਖਰਚੇ ਦੇ ਨਾਲ ਹੀ ਆਪਣੀ ਪਨੀਰੀ ਨੂੰ ਬਹੁਤ ਜ਼ਿਆਦਾ ਛੇਤੀ ਤਿਆਰ ਕਰ ਲਈਏ। ਅੱਜ ਦੀ ਵੀਡੀਓ ਵਿੱਚ ਇੰਨਾ ਕੀ, ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।